ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ 12ਵੀਂ ਕਲਾਸ ਦੀ ਇੰਗਲਿਸ਼ ਦੀ ਬੁੱਕ ਅਤੇ ਉਹਦੀ ਤੀਜੀ ਪੋਇਮ ਜਿਹਦਾ ਨਾਂ ਹੈਗਾ ਦ ਐਕੋਇੰਗ ਗ੍ਰੀਨ। ਇਹ ਐਕਚੁਅਲੀ ਇੱਕ ਪਾਰਕ ਦਾ ਨਾਮ ਹੈਗਾ ਅਤੇ ਇਸ ਪੋਇਮ ਦੇ ਜਿਹੜੇ ਪੋਇਟ ਹੈਗੇ ਨੇ ਉਹ ਹੈਗੇ ਨੇ ਵਿਲੀਅਮ ਬਲੇਕ। ਅੱਜ ਡਿਸਕਸ ਕਰਾਂਗੇ ਆਪਾਂ ਇਸ ਪੋਇਮ ਦੀ ਸਮਰੀ। ਤਾਂ ਚਲੋ ਸਮਰੀ ਡਿਸਕਸ ਕਰਨ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਤੁਹਾਨੂੰ ਇੰਟਰੋਡਕਸ਼ਨ ਦੇ ਦਿੰਦੀ ਹਾਂ ਇਸ ਪੋਇਮ ਬਾਰੇ। ਉਹ ਇਹ ਹੈਗੀ ਇਸ ਪੋਇਮ ਦੀ ਇੰਟਰੋਡਕਸ਼ਨ ਕਿ ਜਿਹੜੇ ਵਿਲੀਅਮ ਬਲੇਕ ਹੈਗੇ ਨੇ ਉਹਨਾਂ ਦੀ ਇਹ ਕਵਿਤਾ ਦ ਐਕੋਇੰਗ ਗ੍ਰੀਨ ਅਸਲ ਵਿੱਚ ਇਕੋਇੰਗ ਗ੍ਰੀਨ ਸਰਲ ਸ਼ਬਦਾਂ ਵਿੱਚ ਕੁਦਰਤ ਦੀ ਪ੍ਰਸ਼ੰਸਾ ਵਿੱਚ ਲਿਖੀ ਗਈ ਕਵਿਤਾ ਹੈਗੀ ਹੈ। ਹਾਲਾਂਕਿ ਜੇ ਅਸੀਂ ਇਸ ਦੀ ਡੂੰਘਾਈ ਵਿੱਚ ਜਾਵਾਂਗੇ ਤਾਂ ਸਾਨੂੰ ਸੰਸਾਰ ਵਿੱਚ ਜੀਵਨ ਅਤੇ ਮਤਲਬ ਜੋ ਬੇਸਿਕ ਥੀਮ ਹੈਗੀ ਹੈ ਉਹ ਕੀ ਹੈਗੀ ਹੈ, ਲਾਈਫ ਐਂਡ ਜਿਹੜੀ ਡੈਥ ਹੈਗੀ ਹੈ ਇਨ ਦਾ ਵਰਲਡ, ਉਹ ਜਿਹੜਾ ਵਿਸ਼ਾ ਹੈਗਾ ਉਹਦੇ 'ਤੇ ਆਪਾਂ ਗੱਲਬਾਤ ਕਰਾਂਗੇ। ਅਤੇ ਇਹ ਜਿਹੜੀ ਪੋਇਮ ਹੈਗੀ ਹੈ ਇੱਕ ਛੋਟੇ ਬੱਚੇ ਦੁਆਰਾ ਦੱਸੀ ਗਈ ਹੈ ਜੋ ਇਕੋਇੰਗ ਗ੍ਰੀਨ ਪਾਰਕ ਵਿੱਚ ਖੇਡ ਰਿਹਾ ਹੈ। ਕਵਿਤਾ ਨੂੰ ਆਪਾਂ 3 ਸਟੈਂਜ਼ਾਸ ਦੇ ਵਿੱਚ ਵੰਡਿਆ ਹੋਇਆ, ਠੀਕ ਹੈ। ਹੁਣੇ ਮੈਂ ਦੱਸਾਂਗੀ ਕਿਵੇਂ, ਜਿਵੇਂ ਇਹ ਇੱਕ ਸਟੈਂਜ਼ਾ ਹੋ ਗਿਆ, ਠੀਕ ਹੈ, 3 ਸਟੈਂਜ਼ਾ ਦੇ ਵਿੱਚ ਵੰਡਿਆ ਹੋਇਆ ਇਹਨੂੰ, ਠੀਕ ਹੈ। ਅਤੇ ਜਿਨ੍ਹਾਂ ਦੀ ਡੂੰਘਾਈ ਵਿੱਚ ਜਾ ਕੇ ਜੀਵਨ ਦੇ 3 ਪੜਾਵਾਂ ਨੂੰ ਦਰਸਾਇਆ ਗਿਆ 3 ਸਟੈਂਜ਼ਾਸ ਦੇ ਵਿੱਚ, ਠੀਕ ਹੈ। ਹਰੇਕ ਸਟੈਂਜ਼ਾ ਨੂੰ ਆਪਾਂ ਕਹਿ ਸਕਦੇ ਹਾਂ 10 ਲਾਈਨਸ ਦੇ ਵਿੱਚ ਵੰਡਿਆ ਗਿਆ ਹੈ। ਅਤੇ ਇਸ ਦੀ ਜਿਹੜੀ ਰਾਈਮ ਸਕੀਮ ਹੈਗੀ ਹੈ ਉਹ ਕੀ ਹੈਗੀ ਹੈ, ਅਰਾਈਜ਼ ਸਕਾਈਜ਼, ਇੱਕੋ ਜਿਹਾ ਹੈਗਾ ਨਾ ਆਵਾਜ਼, ਰਿੰਗ ਸਪ੍ਰਿੰਗ, ਆਵਾਜ਼ ਇੱਕੋ ਜਿਹੀ ਹੈ, ਉਹ ਹੈਗੀ ਹੈ ਏ ਏ ਬੀ ਬੀ। ਉਵੇਂ ਹੀ ਥਰਸ਼ ਬਸ਼, ਇਹ ਹੋ ਗਿਆ ਸੀ ਸੀ, ਅਰਾਊਂਡ ਸਾਊਂਡ ਡੀ ਡੀ, ਅਲੱਗ ਆਵਾਜ਼ ਹੈ ਨਾ, ਆਪਸ ਦੇ ਵਿੱਚ ਨਹੀਂ ਮਿਲ ਰਹੇ। ਤੇ ਆਪਾਂ ਕਹਿ ਸਕਦੇ ਹਾਂ ਵੀ ਇਸ ਕਵਿਤਾ ਦੀ ਜਿਹੜੀ ਰਾਈਮ ਸਕੀਮ ਹੈਗੀ ਹੈ, ਮਤਲਬ ਦੋ ਦੋ ਕਰਕੇ ਜਿਹੜੇ ਵਰਡਸ ਹੈਗੇ ਨੇ ਉਹ ਮਿਲ ਰਹੇ ਨੇ, ਬਹੁਤ ਇੰਪੋਰਟੈਂਟ ਗੱਲ ਹੈਗੀ ਹੈ, ਯਾਦ ਰੱਖਿਓ ਰਾਈਮ ਸਕੀਮ ਕੀ ਹੈਗੀ ਹੈ। ਹੁਣ ਇਹਦੇ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈਗੀ ਹੈ ਵੀ ਜਿਹੜਾ ਫਸਟ ਸਟੈਂਜ਼ਾ ਜਿਵੇਂ ਏ ਹੈਗਾ ਅਤੇ ਜਿਹੜਾ ਸੈਕਿੰਡ ਸਟੈਂਜ਼ਾ ਹੈਗਾ ਉਹ ਦੋਨੋਂ ਸਟੈਂਜ਼ਾਸ ਦੇ ਐਂਡ ਦੇ ਵਿੱਚ ਜਿਹੜੀ ਲਾਈਨ ਆ ਰਹੀ ਹੈ ਉਹ ਆ ਰਹੀ ਹੈ ਔਨ ਦ ਐਕੋਇੰਗ ਗ੍ਰੀਨ, ਆ ਦੇਖੋ ਔਨ ਦ ਐਕੋਇੰਗ ਗ੍ਰੀਨ। ਪਰ ਜੇ ਆਪਾਂ ਤੀਜੇ ਸਟੈਂਜ਼ਾ ਦੀ ਗੱਲ ਕਰੀਏ, ਲਾਸਟ ਸਟੈਂਜ਼ਾ ਦੀ, ਉਹ ਐਂਡ ਹੋ ਰਿਹਾ ਹੈ ਔਨ ਦ ਡਾਰਕਨਿੰਗ ਗ੍ਰੀਨ। ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਜਿਹੜੀ ਡਿਸਕਸ਼ਨ ਹੈਗੀ ਹੈ ਉਹ ਹੁਣ ਕਰਾਂਗੇ ਜਿਵੇਂ ਜਿਵੇਂ ਆਪਾਂ ਸਟੈਂਜ਼ਾ ਨੂੰ ਸਮਝਾਂਗੇ। ਤਾਂ ਚਲੋ ਸ਼ੁਰੂ ਕਰਦੇ ਹਾਂ। ਇਹ ਹੈਗਾ ਫਸਟ ਸਟੈਂਜ਼ਾ, ਮੈਂ ਪੜ੍ਹ ਕੇ ਦੱਸਦੀ ਹਾਂ। ਦ ਸਨ ਡਜ਼ ਅਰਾਈਜ਼ ਐਂਡ ਮੇਕ ਹੈਪੀ ਦ ਸਕਾਈਜ਼, ਦ ਮੈਰੀ ਬੈਲਸ ਰਿੰਗ ਟੂ ਵੈਲਕਮ ਦ ਸਪ੍ਰਿੰਗ, ਦ ਸਕਾਈਲਾਰਡ ਐਂਡ ਥਰਸ਼, ਦ ਬਰਡਸ ਆਫ ਦ ਬਰਸ਼ ਸਿੰਗ ਲਾਊਡਰ ਅਰਾਊਂਡ ਟੂ ਦ ਬੈਲਸ ਚੇਅਰਫੁਲ ਸਾਊਂਡਸ, while our sports shall be seen on the echoing green. ਹੁਣ ਇਹਦੇ ਵਿੱਚ ਪਹਿਲਾਂ ਜਿਹੜੇ ਡਿਫਿਕਲਟ ਵਰਡਸ ਹੈਗੇ ਨੇ, ਜਿਵੇਂ ਸਭ ਤੋਂ ਪਹਿਲਾਂ ਜਿਹੜਾ ਵਰਡ ਹੈਗਾ ਮੈਂ ਦੱਸ ਦਿੰਦੀ ਹਾਂ, ਐਕੋਇੰਗ ਗ੍ਰੀਨ, ਇਹਦਾ ਕੀ ਮਤਲਬ ਹੁੰਦਾ ਹੈ। ਦੇਖੋ ਐਕੋਇੰਗ ਗ੍ਰੀਨ ਜਿਹੜਾ ਹੈਗਾ ਉਹ ਇੱਕ ਥਾਂ ਹੈਗੀ ਹੈ ਜਿੱਥੇ ਬਹੁਤ ਸਾਰੀ ਵੈਜੀਟੇਸ਼ਨ ਹੈ, ਪਲਾਂਟਸ ਹੈ, ਟਰੀਜ਼ ਹੈਗੇ ਨੇ, ਉਹ ਉੱਗ ਰਹੇ ਨੇ, ਯਾਨੀ ਉਹ ਇੱਕ ਇਸ ਤਰੀਕੇ ਦੀ ਥਾਂ ਹੈਗੀ ਹੈ ਜਿੱਥੇ ਮੁੰਡੇ ਕੁੜੀਆਂ ਜਿਹੜੀਆਂ ਹੈਗੇ ਨੇ ਉਹ ਇਕੱਠੇ ਹੋ ਕੇ ਕੋਈ ਖੇਡ ਖੇਡਦੇ ਨੇ। ਤੇ ਆਪਾਂ ਇਹਦੇ ਵਿੱਚ ਇਹ ਵੀ ਕਹਿ ਸਕਦੇ ਹਾਂ ਵੀ ਇਹ ਮੁੰਡੇ ਅਤੇ ਕੁੜੀਆਂ ਲਈ ਖੇਡਾਂ ਖੇਡਣ ਲਈ ਇੱਕ ਸੁਹਾਵਣਾ ਸਥਾਨ ਬਣਾਉਂਦੇ ਹਨ, ਠੀਕ ਹੈ। ਤੇ ਇਹਦੇ ਵਿੱਚ ਬਹੁਤ ਸਾਰੀਆਂ ਤੁਸੀਂ ਕਹਿ ਸਕਦੇ ਹੋ ਚਰਚ ਦੀਆਂ ਘੰਟੀਆਂ ਸੁਣਾਈ ਦਿੰਦੀਆਂ ਨੇ, ਤੇ ਇਸ ਤੋਂ ਇਲਾਵਾ ਪੰਛੀਆਂ ਦੇ ਗੀਤਾਂ ਦੀ ਵੀ ਆਵਾਜ਼ ਆਉਣ ਦੀ ਉਹਦੀ ਗੂੰਜ ਆਉਂਦੀ ਹੈ, ਜਾਂ ਉਹ ਪਾਕ ਜਿਹੜਾ ਉਹ ਗੂੰਜ ਰਿਹਾ ਹੈ।
ਠੀਕ ਹੈ ਜੀ। ਉਸ ਤੋਂ ਇਲਾਵਾ ਜਿਹੜਾ ਵਰਡ ਹੈਗਾ ਮੈਂ ਤੁਹਾਨੂੰ ਦੱਸਣਾ ਹੈਗਾ ਉਹ ਹੈਗਾ ਦ ਮੈਰੀ ਬੈਲਸ। ਹੁਣ ਦ ਮੈਰੀ ਬੈਲਸ ਦਾ ਕੀ ਮਤਲਬ ਹੁੰਦਾ ਹੈ? ਜਿਹੜੇ ਆਲੇ ਦੁਆਲੇ ਚਰਚ ਹੈਗੇ ਨੇ ਨਾ, ਉਹਦੇ ਤੋਂ ਜਿਹੜੀਆਂ ਘੰਟੀਆਂ ਦੀ ਆਵਾਜ਼ ਆਉਂਦੀ ਹੈ ਉਦੋਂ ਆਪਾਂ ਕਹਿੰਦੇ ਆ ਮੈਰੀ ਬੈਲਸ, ਠੀਕ ਹੈ, ਚਰਚ ਦੀ ਸਾਊਂਡ ਘੰਟੀਆਂ ਦੀ। ਉਸ ਤੋਂ ਬਾਅਦ ਜਿਹੜਾ ਵਰਡ ਹੈਗਾ ਉਹ ਹੈਗਾ ਥ੍ਰਸ਼ ਐਂਡ ਸਕਾਈਲਾਰਡ। ਇਹ ਸੌਂਗ ਹੈਗਾ ਜੋ ਬਰਡਸ ਗਾਉਂਦੇ ਨੇ ਜਿਹੜੇ ਉੱਥੇ ਝਾੜੀਆਂ ਦੇ ਵਿੱਚ ਰਹਿੰਦੇ ਨੇ ਨਾ, ਉਹਨੂੰ ਕਿਹਾ ਗਿਆ, ਉਹਨੂੰ ਦਰਸਾਇਆ ਗਿਆ। ਠੀਕ ਹੈ, ਹੁਣ ਮੈਂ ਇਸ ਸਟੈਂਜ਼ਾ ਦੀ ਤੁਹਾਨੂੰ ਵਿਆਖਿਆ ਕਰਕੇ ਦੱਸਦੀ ਹਾਂ ਵੀ ਇੱਥੇ ਸਾਨੂੰ ਕੀ ਸਮਝਾਇਆ ਗਿਆ। ਦੇਖੋ, ਇਹ ਕਵਿਤਾ ਬਸੰਤ ਰੁੱਤ ਦੀ ਨਿੱਘੀ ਦੁਪਹਿਰ ਨੂੰ, ਜਿਹੜੀ ਇੱਕ ਜਾਂ ਆਪਾਂ ਕਹਿ ਸਕਦੇ ਹਾਂ ਲੇਟ ਸਪਰਿੰਗ ਦੀ ਗੱਲ ਕੀਤੀ ਗਈ ਹੈ ਇਸ ਕਵਿਤਾ ਦੇ ਵਿੱਚ, ਜਿਹਦੇ ਵਿੱਚ ਇੱਕ ਪਿੰਡ ਦੇ ਹਰੇ ਹੋਣ ਦਾ ਇੱਕ ਸੀਨ ਦਰਸਾਇਆ ਗਿਆ ਹੈ, ਜਦ ਧੁੱਪ ਪੈ ਰਹੀ ਹੈ, ਦੁਪਹਿਰ ਦਾ ਟਾਈਮ ਹੈਗਾ, ਠੀਕ ਹੈ, ਤੇ ਇਹ ਉਹ ਟਾਈਮ ਹੈ ਜਦ ਸੂਰਜ ਚੜ੍ਹਦਾ ਹੈ। ਠੀਕ ਹੈ, ਦ ਸਨ ਡਜ਼ ਅਰਾਈਜ਼, ਮਤਲਬ ਸੂਰਜ ਚੜ੍ਹ ਰਿਹਾ ਹੈ, ਤੇ ਸੂਰਜ ਦੇ ਚੜ੍ਹਨ ਨਾਲ ਅਸਮਾਨ ਚਮਕਦਾ ਹੈਗਾ। ਬਸੰਤ ਰੁੱਤ ਦਾ ਸਵਾਗਤ ਕਰਨ ਲਈ ਚਰਚ ਦੀਆਂ ਘੰਟੀਆਂ ਵੀ ਵੱਜ ਰਹੀਆਂ ਨੇ। ਝਾੜੀਆਂ ਵਿੱਚ ਰਹਿਣ ਵਾਲੇ ਜਿਹੜੇ ਸਕਾਈ ਲਾਰਡ ਤੇ ਦ ਥਰਸ਼ ਹੈਗੇ ਨੇ, ਉਹ ਝਾੜੀਆਂ ਵਿੱਚ ਰਹਿੰਦੇ ਨੇ ਪੰਛੀ, ਉਹ ਖੁਸ਼ਹਾਲ ਆਵਾਜ਼ ਨਾਲ ਜਾਂ ਉੱਚੀ ਆਵਾਜ਼ ਵਿੱਚ ਗਾਉਂਦੇ ਹਨ। ਪਿੰਡ ਦੇ ਹਰਿਆਵਲ ਮੈਦਾਨ ਵਿੱਚ ਆਵਾਜ਼ਾਂ ਗੂੰਜਦੀਆਂ ਹੈਗੀਆਂ ਨੇ, ਤੇ ਹੁਣ ਮੁੰਡੇ ਕੁੜੀਆਂ ਵੱਲੋਂ ਖੇਡੀਆਂ ਜਾਣ ਵਾਲੀਆਂ ਖੇਡਾਂ ਦੇਖਣ ਨੂੰ ਮਿਲਣਗੀਆਂ, ਕਿਉਂਕਿ ਉਹ ਵਾਲਾ ਮੌਸਮ ਆ ਗਿਆ ਨਾ ਜਦ ਬੱਚੇ ਬਾਹਰ ਨਿਕਲ ਕੇ ਖੇਡਦੇ ਹੈਗੇ ਨੇ। ਠੀਕ ਹੈ ਜੀ, ਹੁਣ ਆਪਾਂ ਅੱਗੇ ਜਿਹੜਾ ਸੈਕਿੰਡ ਸਟੈਂਜ਼ਾ ਹੈਗਾ ਉਹਨੂੰ ਪੜ੍ਹਦੇ ਹਾਂ। ਓਲਡ ਜੌਨ ਵਿਦ ਵਾਈਟ ਹੈਅਰ ਡਜ਼ ਲਾਫ ਅਵੇਕ ਹੈਅਰ ਸਿਟਿੰਗ ਅੰਡਰ ਦੀ ਓਕ ਅਮੰਗ ਦ ਓਲਡ ਫੋਕ ਦੇ ਲਾਫ ਐਟ ਆਰ ਪਲੇ ਐਂਡ ਸੂਨ ਦੇ ਆਲ ਸੇ ਸੱਚ ਸੱਚ ਵਰ ਦ ਜੋਇਜ਼ ਵੈਨ ਵੀ ਆਲ ਗਰਲਸ ਐਂਡ ਬੋਇਜ਼ ਇਨ ਆਰ ਯੂਥ ਟਾਈਮ ਵਰ ਸੀਨ ਔਨ ਦੀ ਐਕੋਇੰਗ ਗ੍ਰੀਨ। ਹੁਣ ਇਹਦੇ ਵਿੱਚ ਕੁਝ ਵਰਡਸ ਜਿਹੜੇ ਔਖੇ ਨੇ, ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਓਲਡ ਜੌਨ, ਇੱਥੇ ਓਲਡ ਜੌਨ ਜਿਹੜਾ ਹੈ ਇੱਕ ਪਰਟੀਕੁਲਰ ਇਨਸਾਨ ਦੀ ਗੱਲ ਨਹੀਂ ਕੀਤੀ ਗਈ, ਇੱਥੇ ਉਹਨਾਂ ਬੰਦਿਆਂ ਦੀ ਗੱਲ ਕੀਤੀ ਗਈ ਹੈ ਆਮ ਤੌਰ ਤੇ ਜੋ ਬਜ਼ੁਰਗ ਹੋ ਗਏ ਨੇ। ਪਹਿਲਾਂ ਕਿਸੇ ਟਾਈਮ ਤੇ ਉਹ ਜਵਾਨ ਹੁੰਦੇ ਸੀ, ਪਰ ਆਮ ਤੌਰ ਤੇ ਹੁਣ ਉਹ ਸਾਰੇ ਬਜ਼ੁਰਗਾਂ ਦੀ ਗੱਲ ਕੀਤੀ ਗਈ ਹੈ। ਤੇ ਮੈਂ ਇਸ 17 ਵਿੱਚ ਤੁਹਾਨੂੰ ਕੀ ਦੱਸਿਆ ਗਿਆ ਉਹ ਸਮਝਾਉਂਦੀ ਹਾਂ। ਦੇਖੋ, ਹੁਣ ਇੱਥੇ ਕਵੀ ਕਹਿੰਦਾ ਹੈ ਕਿ ਸਲੇਟੀ ਜਾਂ ਗ੍ਰੇ ਹੇਅਰ ਵਾਲਾ ਓਲਡ ਜੌਨ ਆਪਣੀਆਂ ਚਿੰਤਾਵਾਂ ਜਾਂ ਆਪਾਂ ਕਹਿ ਸਕਦੇ ਹਾਂ ਕੇਅਰ ਤੇ ਵਰੀ ਨੂੰ, ਟੈਨਸ਼ਨ ਨੂੰ, ਠੀਕ ਹੈ, ਉਹਨਾਂ ਨੂੰ ਭੁਲਾ ਦਿੰਦਾ ਹੈ ਹੱਸ ਕੇ। ਤੇ ਇਸ ਤੋਂ ਇਲਾਵਾ ਬਜ਼ੁਰਗ ਲੋਕ ਓਕ ਦੇ ਟ੍ਰੀ, ਓਕ ਕੀ ਹੈਗਾ, ਇੱਕ ਟ੍ਰੀ, ਉਹਦੇ ਹੇਠਾਂ ਬੈਠੇ ਹੋਏ ਨੇ, ਤੇ ਉਹ ਮੁੰਡੇ ਕੁੜੀਆਂ ਦੇ ਖੇਡ ਖੇਡ ਦੇਖ ਕੇ ਹੱਸਦੇ ਨੇ। ਉਹ ਕਹਿੰਦੇ ਹਨ ਕਿ ਉਹ ਕਦੇ ਜਵਾਨ ਵੀ ਸਨ, ਤੇ ਉਹ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜੋ ਆਨੰਦ ਹੈਗਾ ਜਦ ਐਕੋਇੰਗ ਗ੍ਰੀਨ ਤੇ ਖੇਡਦੇ ਨੇ, ਉਹਨਾਂ ਨੇ ਵੀ ਉਹ ਆਨੰਦ ਜਿਹੜਾ ਹੈਗਾ ਉਹ ਮਾਣਿਆ ਸੀ ਜਦੋਂ ਬੱਚੇ ਸੀ। ਉਹਨਾਂ ਅਨੁਸਾਰ ਜਿਹੜੀ ਐਕੋਇੰਗ ਗ੍ਰੀਨ ਹੈਗੀ ਹੈ ਥਾਂ ਪਿੰਡ ਦੀ, ਉਹ ਬੇਸਿਕਲੀ ਇੱਕ ਸਿੰਬਲ ਹੈਗਾ ਇੱਕ ਹੈਪੀ ਡੇ ਦਾ। ਠੀਕ ਹੈ ਨਾ, ਜਦ ਇੱਥੇ ਖੁਸ਼ਹਾਲੀ ਆਉਂਦੀ ਹੈ ਤਾਂ ਮਤਲਬ ਬੱਚੇ ਸਾਰੇ ਚਹਿਕ ਰਹੇ ਨੇ, ਫੁੱਲ ਚਹਿਕ ਰਹੇ ਨੇ, ਬੱਚੇ ਖੇਡ ਰਹੇ ਨੇ, ਉਸ ਗੱਲ ਦੀ ਚਰਚਾ ਕੀਤੀ ਗਈ ਹੈ। ਮਤਲਬ ਉਹ ਵਾਲਾ ਟਾਈਮ, ਯੂਥ ਦਾ ਜਿਹੜਾ ਟਾਈਮ ਹੈ, ਖੁਸ਼ਹਾਲ ਟਾਈਮ, ਉਹਨੂੰ ਦਰਸਾਇਆ ਗਿਆ ਇੱਥੇ।
ਅੱਗੇ ਚੱਲਦੇ ਹਾਂ ਜੀ, ਥਰਡ ਸਟੈਂਜ਼ਾ ਪੜ੍ਹ ਲੈਂਦੇ ਆ ਇੱਥੇ ਕੀ ਦੱਸਿਆ ਹੋਇਆ ਥਰਡ ਸਟੈਂਜ਼ਾ ਦੇ ਵਿੱਚ, ਮੈਂ ਪੜ੍ਹ ਕੇ ਦੱਸਦੀ ਹਾਂ। ਇਹਦੇ ਵਿੱਚ ਹੈਗਾ ਟਿਲ ਦ ਲਿਟਲ ਵਨਸ ਵੀਅਰੀ, ਨੋ ਵਨ ਨੋ ਮੋਰ ਕੈਨ ਬੀ ਮੇਰੀ, ਦ ਸਨ ਡਸ ਡਿਸੈਂਡ ਐਂਡ ਆਰ ਸਪੋਰਟਸ ਹੈਵ ਐਨ ਐਂਡ, ਰਾਊਂਡ ਦ ਲੈਪਸ ਆਫ ਦੇਅਰ ਮਦਰਸ ਮੈਨੀ ਸਿਸਟਰਸ ਐਂਡ ਬ੍ਰਦਰਸ ਲਾਈਕ ਬਰਡਸ ਇਨ ਦੇਅਰ ਨੈਸਟ ਆਰ ਰੈਡੀ ਫੋਰ ਰੈਸਟ ਐਂਡ ਸਪੋਰਟ ਨੋ ਮੋਰ ਸੀਨ ਔਨ ਦ ਡਾਰਕਨਿੰਗ ਗ੍ਰੀਨ। ਹੁਣ ਇਹਦੇ ਵਿੱਚ ਜਿਹੜਾ ਔਖਾ ਸ਼ਬਦ ਹੈਗਾ ਉਹ ਹੈਗਾ ਵੀਅਰੀ। ਵੀਅਰੀ ਦਾ ਮਤਲਬ ਥੱਕਿਆ ਹੋਇਆ, ਜਾਂ ਅੰਗਰੇਜ਼ੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਟਾਇਰਡ, ਤੇ ਮੇਰੀ ਦਾ ਮਤਲਬ ਹੁੰਦਾ ਹੈ ਹੈਪੀ ਜਾਂ ਖੁਸ਼ ਹੋਣਾ। ਉਵੇਂ ਹੀ ਇੱਥੇ ਡਿਸੈਂਡ ਦਾ ਮਤਲਬ ਹੁੰਦਾ ਹੈ ਸੈੱਟ ਹੋ ਜਾਣਾ, ਜਿਵੇਂ ਸਨ ਜਿਹੜਾ ਹੈ ਡਿਸੈਂਡ ਕਰ ਰਿਹਾ, ਇਹਦਾ ਮਤਲਬ ਉਹ ਛਿਪ ਰਿਹਾ, ਨੀਚੇ ਨੂੰ ਜਾ ਰਿਹਾ। ਹੁਣ ਇਹਨਾਂ ਸਤਰਾਂ ਦੇ ਵਿੱਚ ਜਿਹੜੇ ਕਵੀ ਨੇ ਉਹ ਕੀ ਕਹਿ ਰਹੇ ਨੇ, ਉਹ ਕਹਿੰਦਾ ਹੈ ਕਿ ਬੱਚੇ ਥੱਕ ਗਏ ਹਨ ਅਤੇ ਉਹ ਹੁਣ ਇੰਜੋਏ ਨਹੀਂ ਕਰ ਸਕਦੇ, ਸੂਰਜ ਵੀ ਡੁੱਬਣ ਵਾਲਾ ਹੈ, ਇਸ ਲਈ ਬੱਚਿਆਂ ਦੀਆਂ ਖੇਡਾਂ ਸਮਾਪਤ ਹੋਣ ਵਾਲੀਆਂ ਨੇ। ਜਿਹੜੇ ਪੰਛੀ ਜਿਹੜੇ ਹੈਗੇ ਨੇ ਆਰਾਮ ਕਰਨ ਲਈ ਆਪਣੇ ਆਲਣੇ ਦੁਆਰੇ ਇਕੱਠੇ ਹੋ ਗਏ ਹਨ, ਬੱਚੇ ਸੌਣ ਲਈ ਆਪਣੀ ਮਾਵਾਂ ਦੇ ਕੋਲ ਚਲੇ ਜਾਂਦੇ ਨੇ ਅਤੇ ਇੱਕੋ ਇੱਕ ਗ੍ਰੀਨ ਤੇ ਕੋਈ ਹੋਰ ਖੇਡ ਦਿਖਾਈ ਨਹੀਂ ਦਿੰਦੀ, ਮਤਲਬ ਕੋਈ ਰੌਲਾ ਰੱਪਾ ਨਹੀਂ ਦਿਖਾਈ ਦਿੰਦਾ। ਠੀਕ ਹੈ, ਹੁਣ ਇਸ ਕਵਿਤਾ ਵਿੱਚ ਆਪਾਂ ਕੀ ਪੜ੍ਹਿਆ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਦੇਖੋ ਇਹ ਕਵਿਤਾ ਬਸੰਤ ਰੁੱਤ ਦੀ ਨਿੱਘੀ ਦੁਪਹਿਰ ਨੂੰ ਇੱਕ ਹਰੇ ਭਰੇ ਪਿੰਡ ਦੀ ਇੱਕ ਛੋਟੀ ਜਿਹੀ ਸੁਹਾਵਣੀ, ਸ਼ਾਂਤੀ ਵਾਲੇ ਪਿੰਡਾਂ ਵਿੱਚ ਆਪਾਂ ਕਹਿ ਸਕਦੇ ਹਾਂ ਇੱਕ ਹੈਪੀ ਮਿਊਜ਼ਿਕ ਦਾ ਜਿਹੜਾ ਆਵਾਜ਼ ਹੁੰਦੀ ਹੈ ਨਾ ਉਹਨੂੰ ਦਰਸਾਉਂਦੀ ਹੈ ਇੱਕ ਤਰੀਕੇ ਦੇ ਨਾਲ ਆਈਡਲੀ, ਮਤਲਬ ਉਹ ਵਾਲਾ ਥਾਂ ਜਿੱਥੇ ਮਿਊਜ਼ਿਕ ਨੇਚਰ ਦਾ ਵੱਜ ਰਿਹਾ ਹੈ ਤੇ ਪਿੰਡ ਸ਼ਾਂਤ ਹੈਗਾ, ਉਹ ਏਰੀਆ ਪਿੰਡ ਦੇ ਲੋਕ ਹੈਗੇ ਨੇ, ਬਸੰਤ ਰੁੱਤ ਸ਼ੁਰੂ ਹੋਈ ਹੈ, ਦੁਪਹਿਰ ਆਈ ਹੈ, ਉਹ ਚੀਜ਼ ਠੀਕ ਹੈ। ਤੇ ਨੌਜਵਾਨ ਲੜਕੇ ਤੇ ਲੜਕੀਆਂ ਨੇ ਆਪਣੇ ਫਨ ਕਰ ਰਹੇ ਨੇ ਉੱਥੇ, ਖੇਡ ਰਹੇ ਨੇ ਸਾਰੇ, ਤੇ ਜੌਨ ਵਰਗੇ ਕੁਝ ਬਜ਼ੁਰਗ ਉੱਥੇ ਓਕ ਦੇ ਟ੍ਰੀ ਹੇਠਾਂ ਬੈਠੇ ਨੇ, ਬੱਚਿਆਂ ਦੀਆਂ ਮਾਵਾਂ ਵੀ ਆਪਣੇ ਬੱਚਿਆਂ ਨੂੰ ਖੇਡਦਾ ਹੋਇਆ ਦੇਖ ਰਹੀਆਂ ਨੇ। ਖੇਡ ਮੈਦਾਨ ਦੀ ਖੁੱਲੀ ਹਰਿਆਲੀ ਬੱਚਿਆਂ ਦੀਆਂ ਰੌਣਕਾਂ ਅਤੇ ਪੰਛੀਆਂ ਦੇ ਗੀਤਾਂ ਨਾਲ ਬਹੁਤ ਵਧੀਆ ਜਾ ਰਿਹਾ ਸਭ ਕੁਝ, ਹੈ ਨਾ, ਮਤਲਬ ਉਹਨਾਂ ਵਿੱਚ ਵੀ ਜਾਨ ਆ ਜਾਂਦੀ ਹੈ। ਤੇ ਉਸ ਤੋਂ ਬਾਅਦ ਇਹ ਦੱਸਿਆ ਗਿਆ ਹੈ ਜਿਵੇਂ ਬੱਚੇ ਖੇਡਦੇ ਹਨ, ਬਜ਼ੁਰਗ ਉਹਨਾਂ ਨੂੰ ਦੇਖਦੇ ਹਨ ਤੇ ਉਹਨਾਂ ਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ। ਬਜ਼ੁਰਗ ਲੋਕ ਆਪਣੇ ਜੀਵਨ ਦੀਆਂ ਸਮੱਸਿਆਵਾਂ ਨੂੰ ਕੁਝ ਸਮੇਂ ਲਈ ਭੁੱਲ ਜਾਂਦੇ ਹਨ, ਫਿਰ ਬੱਚੇ ਸੂਰਜ ਡੁੱਬਣ ਤੇ ਆਪਣੇ ਘਰ ਵਾਪਸ ਚਲੇ ਜਾਂਦੇ ਨੇ, ਪੰਛੀ ਰਾਤ ਨੂੰ ਸੌਣ ਲਈ ਆਪਣੇ ਆਲਣੇ ਵਿੱਚ ਚਲੇ ਜਾਂਦੇ ਨੇ, ਤੇ ਆਪਾਂ ਇਹ ਕਹਿ ਸਕਦੇ ਹਾਂ ਜ਼ਮੀਨ ਤੇ ਇਸ ਧਰਤੀ ਦੇ ਉੱਤੇ ਬੱਚੇ ਪੰਛੀ ਮਰਦ ਔਰਤ ਜਿਹੜੇ ਹੈਗੇ ਨੇ ਉਹਨਾਂ ਦੀ ਮੌਜੂਦਗੀ ਮਨੁੱਖ ਅਤੇ ਕੁਦਰਤ ਵਿਚਕਾਰ ਇੱਕ ਹਾਰਮਨੀ ਨੂੰ ਦਰਸਾਉਂਦੀ ਹੈ, ਵੀ ਇੱਕ ਉਹਨਾਂ ਵਿੱਚ ਰਿਸ਼ਤਾ ਹੈਗਾ। ਤੇ ਐਂਡ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਜਿਵੇਂ ਮੈਂ ਦੱਸਿਆ ਸੀ ਤਿੰਨ ਸਟੈਂਜ਼ਾ ਜਿਹੜੇ ਹੈਗੇ ਨੇ ਵਿਲੀਅਮ ਬਲੇਕ ਦੀ ਪੋਇਮ ਦੇ, ਉਹ ਤਿੰਨ ਸਟੇਜਸ ਜਿਹੜੀਆਂ ਨੇ ਲਾਈਫ ਦੀਆਂ ਉਹਨਾਂ ਨੂੰ ਦਰਸਾਉਂਦੇ ਨੇ। ਤਾਂ ਪਹਿਲੀ ਜਿਹੜੀ ਸਟੇਜ ਹੈਗੀ ਹੈ, ਫਸਟ ਸਟੇਜ, ਉਹ ਕੀ ਸੀਗੀ, ਚਾਈਲਡਹੁੱਡ ਦੀ ਸਟੇਜ, ਠੀਕ ਹੈ, ਜਦ ਸੂਰਜ ਉੱਗਦਾ ਹੈ, ਜਿਵੇਂ ਬਰਡਸ ਗਾਉਂਦੇ ਨੇ, ਬੱਚੇ ਖੇਡ ਰਹੇ ਨੇ, ਤਾਂ ਬੇਸਿਕਲੀ ਬਚਪਨ ਦੇ ਖੇਡ ਕੂਦ ਨੂੰ ਦਰਸਾਇਆ ਗਿਆ ਸੀ। ਉਵੇਂ ਹੀ ਜਿਹੜੀ ਸੈਕਿੰਡ ਸਟੇਜ ਹੈਗੀ ਹੈ ਉਹ ਹੈਗੀ ਹੈ ਮੈਚੋਰਿਟੀ ਦੀ ਸਟੇਜ, ਮੈਚੋਰਿਟੀ ਦੀ ਸਟੇਜ ਜਦ ਬਜ਼ੁਰਗ ਲੋਕ ਬੈਠ ਕੇ ਆਪਣੇ ਅਤੀਤ ਨੂੰ ਯਾਦ ਕਰਦੇ ਨੇ, ਪਾਸਟ ਨੂੰ ਯਾਦ ਕਰਦੇ ਨੇ, ਉਹਨਾਂ ਨੂੰ ਲੱਗਦਾ ਹੈ ਵੀ ਉਹ ਵੀ ਕਦੇ ਬੱਚੇ ਸੀ, ਕਦੇ ਖੇਡਦੇ ਸੀ।
ਤੇ ਉਸ ਤੋਂ ਬਾਅਦ ਲਾਸਟ ਸਟੇਜ ਆ ਜਾਂਦੀ ਹੈ, ਥਰਡ ਸਟੇਜ ਆ ਜਾਂਦੀ ਹੈ ਲਾਈਫ ਦੀ, ਜਦ ਸਨਸੈਟ ਹੋ ਜਾਂਦਾ ਹੈ, ਹਨੇਰਾ ਆ ਜਾਂਦਾ ਹੈ, ਗੇਮਸ ਖਤਮ ਹੋ ਜਾਂਦੀ ਹੈ। ਕਹਿਣ ਦਾ ਮਤਲਬ ਡੈਥ ਨੂੰ ਦਰਸਾਇਆ ਗਿਆ ਇੱਕ ਤਰੀਕੇ ਨਾਲ। ਇਹ ਤਿੰਨ ਸਟੇਜਾਂ ਜਿਹੜੀਆਂ ਹੈਗੀਆਂ ਨੇ ਇਸ ਪੋਇਮ ਦੇ ਵਿੱਚ ਦਰਸਾਈਆਂ ਗਈਆਂ। ਠੀਕ ਹੈ ਜੀ, ਤੇ ਇਹ ਸੀਗੀ ਅੱਜ ਦੀ ਕਵਿਤਾ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਈ ਹੋਏਗੀ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।